ਕਲਾਕਾਰਾਂ ਵਾਲਾ ਕੀੜਾ ਤੁਹਾਡੇ ਪ੍ਰਮੋਟਰ ਹੋਣ ਦੇ ਨਾਤੇ ਸੀਗਾ ਜਾਂ ਇਹ ਕਿਵੇਂ ਹੋਇਆ? ਸ਼ੋਅ ਤੇ ਨਹੀਂ ਕਰਾਉਣਾ, ਮੈਂ ਕਿਹਾ ਵੀ ਆਰਟਿਸਟ ਕੌਣ ਨੇ? ਗਿੱਪੀ ਬਾਈ ਉਦੋਂ ਨਵੇਂ ਨਵੇਂ ਸੀ, ਜਦਵੀ ਨੂੰ ਮੈਂ ਜਾਣਦਾ ਸੀਗਾ, ਬਾਈ ਨੂੰ ਮੈਂ ਇੰਨਾ ਜਾਣਦਾ ਨਹੀਂ ਸੀਗਾ। दूजी पैसे बहुत देगी, दूजी पैसे बहुत पैसे ला बहुत दिते। पंजाबी फिल्म इंडस्ट्री की जो आप गल करते हैं या फिर म्यूजिक इंडस्ट्री की गल करते हैं तो जिते बहुत सारे वड्डे वड्डे कलाकारों ते अदाकारों का नाम आता उत्थे एक नाम आता भाना एले। तुसीं हर मकबूल कलाकार अदाकार खास तौर पर जिते गिप्पी है तो उत्थे भाना है, ये सुभाविक है। इस वक्त साडे नाल भाना एले मौजूद है, आस्ट्रेलिया असीं बैठे हैं। भाने भाई, सब तो पहला तो मेरे ख्याल मैं गलत ना होवां तो पहला इंटरव्यू थोड़ा होने जा रहा जी, ये मेरा पहला है जी। तो कह लो थोनू असी लॉन्च कर रहे हैं। पानी भाई का डेब्यू है इंटरव्यू दे विच। पानी भाई, मैं चाहूंगा कि थोड़ी दोस्ती की बड़ी चर्चा है थोड़ी ते गिप्पी बाई की, वैसे भी बहुत सारिया स्टेजा थोड़ा जिक्र आउंदा। थोड़ी ते गिप्पी बाई की पहली मुलाकात कदों होंदी है? मेरी 2006 च है। किवें मिलदे हो? ਅਸੀਂ ਸ਼ੋਅ ਕਰਵਾਇਆ ਸੀ ਗਿੱਪੀ ਬਾਈ ਦਾ, ਜੋਧਵੀਰ ਬਾਈ ਦਾ, ਲੋਸ ਐਂਜਲਸ ਦੇ ਵਿੱਚ। ਠੀਕ ਹੈ। ਅਤੇ ਉਦੋਂ ਇਹ ਆਏ ਸੀਗੇ ਤਾਂ ਅਸੀਂ ਉੱਥੇ ਮਿਲੇ, ਸ਼ੋਅ ਸਾਡਾ ਬਹੁਤ ਵਧੀਆ ਗਿਆ ਅਤੇ ਸ਼ੋਅ 'ਚੋਂ ਸਾਨੂੰ ਪੈਸੇ ਬਚ ਗਏ। ਅੱਛਾ। ਅਤੇ ਗਿੱਪੀ ਬਾਈ ਹੋਣੀ ਕਿਸੇ ਪ੍ਰਮੋਟਰ ਕੋਲ ਸੀ, ਮੈਂ ਪ੍ਰਮੋਟਰ ਨੂੰ ਫੋਨ ਕੀਤਾ, ਮੈਂ ਕਿਹਾ ਬਾਈ ਸਾਨੂੰ 2 ਦਿਨ ਇਹਨਾਂ ਦਾ ਉੱਥੇ ਚੱਲਦਾ ਸੀ ਸ਼ੋਅ, ਫਰਾਈਡੇ ਟੂ ਸੰਡੇ, ਮੰਡੇ ਟੂ ਫਰਾਈਡੇ ਵਿਹਲੇ ਹੁੰਦੇ ਸੀ। ਠੀਕ ਹੈ। ਅਤੇ ਮੈਂ ਗਿੱਪੀ ਬਾਈ ਉਹਨਾਂ ਨੂੰ ਫੋਨ, ਜੋਧਵੀਰ ਮੇਰਾ ਫਰੈਂਡ ਹੁੰਦਾ ਸੀ, ਅਤੇ ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਬਾਈ ਤੁਸੀਂ ਫਰੀ ਹੋ? ਕਹਿੰਦਾ ਹਾਂਜੀ, ਅਸੀਂ 2-3 ਦਿਨ ਦਾ ਫਰੀ ਹਾਂ, ਫਿਰ ਸਾਡਾ ਸ਼ੋਅ ਆ। ਮੈਂ ਕਿਹਾ ਇੱਦਾਂ ਕਰੋ ਵੀ ਤੁਸੀਂ ਮੇਰੇ ਕੋਲ ਆ ਜਾਓ, ਸਾਨੂੰ ਪੈਸੇ ਬਚੇ ਨੇ ਤੁਹਾਡੇ ਵਾਲੇ ਸ਼ੋਅ 'ਚ, ਆਪਾਂ ਘੁੰਮ ਫਿਰ ਕੇ ਆਉਂਦੇ ਹਾਂ। ਇਹ ਕਹਿੰਦੇ ਠੀਕ ਹੈ, ਚਲੋ ਆਪਾਂ ਪ੍ਰਮੋਟਰ ਨਾਲ ਗੱਲ ਕਰ ਲੈਂਦੇ ਜੇ ਉਹ ਤੁਹਾਨੂੰ ਆਉਣ ਦੇ ਦਿੰਦਾ। ਅਤੇ ਆਪਾਂ, ਮੈਂ ਕਿਹਾ ਠੀਕ ਹੈ, ਅਸੀਂ ਪ੍ਰਮੋਟਰ ਨਾਲ ਗੱਲ ਕੀਤੀ, ਕਹਿੰਦੇ ਕੋਈ ਗੱਲ ਨਹੀਂ, ਕੋਈ ਨਹੀਂ। ਇਹ ਆਏ, ਅਸੀਂ ਗਏ ਬੇਗਸ ਗਏ ਜੀ, ਉੱਥੇ ਚੰਗਾ ਫਨ ਫੁਨ ਕੀਤਾ, ਫਿਰ ਘੁੰਮ ਫਿਰ ਕੇ ਇਹਨਾਂ ਨਾਲ ਮਿਲੇ। ਫਿਰ ਇਹਨਾਂ ਦਾ ਸ਼ੋਅ 2-3 ਘੰਟੇ ਬੇਖਸ ਫੀਲ ਸੀਗਾ, ਉਹ ਐਲੇ ਤੋਂ 2-3 ਘੰਟੇ ਦਾ ਰਹਾ, ਉੱਥੇ ਸ਼ੋਅ ਕੀਤਾ। ਉਹ ਤੋਂ ਬਾਅਦ ਇਹ ਮੰਡੇ ਨੂੰ ਫਿਰ ਵਿਹਲੇ ਹੋ ਗਏ ਜੀ। ਫਿਰ ਅਸੀਂ ਗਾਣਾ ਸ਼ੂਟ ਕੀਤਾ, ਸ਼ਾਇਦ ਤੁਹਾਨੂੰ ਯਾਦ ਹੋਊਗਾ, ਜਦੋਂ ਕਿਸੇ ਗੱਭਰੂ ਦਾ ਦਿਲ ਆ ਗਿਆ, ਯੋਧਵੀਰ ਦਾ ਇਕੱਠੇ, ਯੋਧਵੀਰ ਦਾ, ਗਿੱਪੀ ਬਾਈ ਦਾ, ਉਹ ਸਾਰਾ ਅਸੀਂ ਐਜ਼ ਏ ਫਨੇ ਕੀਤਾ ਸੀ, ਅਤੇ ਉਦੋਂ ਦੇ ਬਸ ਪੱਕੇ ਯਾਰ ਬਣ ਗਏ ਜੀ। ਫਨ ਫਨ 'ਚ ਫਿਰ ਯਾਰੀ ਕਿਵੇਂ ਪੈ ਗਈ, ਪੱਕੀ ਕਿਵੇਂ ਹੋ ਗਈ? ਪੱਕੀ ਫਿਰ ਫੋਨ ਕਰ ਲਾ ਪਿਆ ਇੱਕ ਦੂਜੇ ਨੂੰ, ਕੰਟੈਕਟ ਨੰਬਰ ਐਕਸਚੇਂਜ ਹੋ ਗਿਆ ਸਾਡੇ। ਜਦੋਂ ਮੈਂ ਇੰਡੀਆ ਆਉਣਾ, ਮੈਂ ਗਿੱਪੀ ਬਾਈ ਨੂੰ ਜਦੋਂ ਵੀ ਫੋਨ ਕਰ ਦੇਣਾ, ਬਾਈ ਮੈਂ ਇੰਡੀਆ ਆ ਰਿਹਾ, ਇਹ ਏਅਰਪੋਰਟ ਤੱਕ ਮੈਨੂੰ ਲੈਣ ਆਉਂਦੇ ਸੀ ਜੀ, ਅਤੇ ਬਸ ਉਹ ਪਿਆਰ ਫਿਰ। ਤੁਹਾਡੇ ਬਾਰੇ ਵੀ ਇਹ ਧਾਰਨਾ, ਕਹਿੰਦੇ ਐਲੇ ਚੱਲੇ ਹੋ ਤਾਂ ਭਾਣੇ ਨੂੰ ਮਿਲ ਕੇ ਆਓ ਜੀ, ਆਪਣੇ ਜਿੰਨੇ ਇੰਡਸਟਰੀ ਦੇ ਭੈਣ ਭਰਾ ਨੇ ਸਾਰੇ। ਅਤੇ ਜਦੋਂ ਇਹਨਾਂ ਦਾ ਸ਼ੋਅ ਹੁੰਦਾ ਜੀ ਐਲੇ, ਉਹ ਗਿੱਪੀ ਬਾਈ ਉਹਨਾਂ ਕਰਕੇ ਮੈਨੂੰ ਸਾਰੇ ਹੌਲੀ ਹੌਲੀ ਜਾਣਨ ਲੱਗ ਪਏ। ਕਲਾਕਾਰਾਂ ਵਾਲਾ ਕੀੜਾ ਤੁਹਾਡੇ ਪ੍ਰਮੋਟਰ ਹੋਣ ਦੇ ਨਾਤੇ ਸੀਗਾ ਜਾਂ ਇਹ ਕਿਵੇਂ ਹੋਇਆ? ਇਹ ਸੀ ਸਿਰਫ ਯਾਰ ਦੋਸਤ ਸੀਗੇ, ਅਤੇ ਜਦੋਂ ਸ਼ੋਅ ਇਹਨਾਂ ਦਾ ਆਇਆ ਸੀ ਮੈਨੂੰ ਫੋਨ ਆਇਆ, ਕਹਿੰਦਾ ਭਾਅ ਜੀ ਤੁਸੀਂ ਸ਼ੋਅ ਤਾਂ ਨਹੀਂ ਕਰਾਉਣਾ? ਮੈਂ ਕਿਹਾ ਵੀ ਆਰਟਿਸਟ ਕੌਣ ਨੇ? ਗਿੱਪੀ ਬਾਈ ਉਦੋਂ ਨਵੇਂ ਨਵੇਂ ਸੀ, ਜੋਧਵੀਰ ਨੂੰ ਮੈਂ ਜਾਣਦਾ ਸੀਗਾ, ਬਾਈ ਨੂੰ ਮੈਂ ਇੰਨਾ ਜਾਣਦਾ ਨਹੀਂ ਸੀਗਾ। ਆਪਣੇ ਗੁਰਬਖਸ਼ ਸ਼ੌਂਕੀ ਸੀ, ਅਤੇ ਮੈਂ ਗੁਰਬਖਸ਼ ਸ਼ੌਂਕੀ ਦੇ ਗਾਣੇ ਸੁਣੇ ਹੁੰਦੇ ਸੀ। ਅੱਛਾ। ਅਤੇ ਮੈਂ ਕਿਹਾ ਚਲੋ ਬਾਈ ਆਪਾਂ ਕਰਾ ਕੇ ਦੇ ਲੈਂਦੇ ਹਾਂ, 8-10 ਜਣੇ ਸੀਗੇ, ਅਤੇ ਅਸੀਂ ਇੱਦਾਂ ਹੀ ਪੈਸੇ ਪਾ ਪੂ ਕੇ $1,000 ਸਾਰਿਆਂ ਨੇ, ਅਤੇ ਸ਼ੋਅ ਲੈ ਲਿਆ, ਕਰਾ ਲਿਆ, ਅਤੇ ਲੱਕੜੀ ਗਿੱਪੀ ਗਰੇਵਾਲ, ਤੁਸੀਂ ਬਹੁਤ ਵੱਡਾ ਬਦਲਾਅ ਸਟਰਗਲ ਤੋਂ ਲੈ ਕੇ ਮਕਬੂਲੀਅਤ ਤੱਕ ਤੁਸੀਂ ਵੇਖਿਆ, ਗਿੱਪੀ 'ਚ ਵੱਡੇ ਬਦਲਾਅ ਤੁਸੀਂ ਨਿੱਜੀ ਤੌਰ ਤੇ ਕੀ ਵੇਖਦੇ ਹੋ? ਨਿੱਜੀ ਤੌਰ ਤੇ ਤਾਂ ਜੀ ਗਿੱਪੀ ਜਿੱਦਾਂ ਦਾ ਮੈਨੂੰ ਮਿਲਿਆ ਉਹ ਅੱਜ ਵੀ ਉੱਦਾਂ ਦਾ ਹੀ ਹੈ, ਸੁਭਾਵਿਕ ਤੌਰ 'ਤੇ ਜਿੱਦਾਂ ਦਾ ਪਹਿਲੇ ਦਿਨ ਡੇ 1 ਤੋਂ ਸੀ, ਅੱਜ ਵੀ ਉਹ ਜਮਾ ਹੀ ਸੇਮ ਹੀ ਆ ਸੀ ਸਾਡਾ, ਮੈਨੂੰ ਕੋਈ ਬਦਲਾਅ ਨਹੀਂ ਉਹਨਾਂ 'ਚ ਲੱਗਾ। ਪਰ ਤੁਹਾਨੂੰ ਇਹ ਬਦਲਾਅ ਨਹੀਂ ਲੱਗਾ ਕਿ ਗਿੱਪੀ ਬਿਜ਼ਨਸਮੈਨ ਬਣ ਗਿਆ ਹੁਣ? ਇਕੱਠੇ ਹੀ ਆ ਜੀ ਅਸੀਂ। ਅੱਛਾ, ਹਾਂਜੀ ਹਾਂਜੀ। ਪਹਿਲੀ ਫਿਲਮ ਕਿਹੜੀ ਇਕੱਠੇ ਕਰਦੇ ਹੋ ਫਿਰ ਤੁਸੀਂ? ਪਹਿਲੀ ਫਿਲਮ ਸਾਡੀ ਸੀ ਕੈਰੀ ਔਨ ਜੱਟਾ। ਅੱਛਾ। ਹਾਂਜੀ, ਐਜ਼ ਏ ਪ੍ਰੋਡਿਊਸਰ ਅਸੀਂ ਸਾਰਿਆਂ ਨੇ, ਉਹ ਵੀ ਇੱਦਾਂ ਜਿੱਦਾਂ ਸ਼ੋਅ ਕਰਾਇਆ ਸੀ, 5-10 ਜਣੇ ਨੇ, ਇੱਦਾਂ ਸਿੱਪੀ ਬਾਈ, ਸੁੱਕਾ ਬਾਈ, ਅਸੀਂ ਸਾਰਿਆਂ ਨੇ ਰਲ ਕੇ ਕੈਰੀ ਔਨ ਜੱਟਾ ਬਣਾਈ ਸੀ ਜੀ। ਪਹਿਲੀ ਤਾਂ ਕਹਿੰਦੇ ਬਹੁਤ ਘੱਟ ਬਜਟ 'ਚ ਬਣੀ ਸੀ ਅਤੇ ਮਾਸਟਰਪੀਸ ਬਣ ਗਈ ਸੀ। ਮਾਸਟਰਪੀਸ ਬਣ ਗਈ ਸੀ। ਦੂਜੀ ਪੈਸੇ ਬਹੁਤ ਦੇ ਗਈ, ਦੂਜੀ ਪੈਸੇ ਬਹੁਤ ਦੇ ਗਏ, ਪੈਸੇ ਲਾ ਬਹੁਤ ਦਿੱਤੇ, ਤੀਜੇ ਲਾ ਬਹੁਤ ਦਿੱਤੇ, ਜਿੱਦੇ ਕਿ ਲਾ ਤੀਜੇ ਲਾਉਣਾ ਸੀ ਆਲ ਇੰਡੀਆ ਜੀ ਦੇਖੀ ਹੁਣ। ਹਾਂ,
ਤੇ ਗਿੱਪੀ ਦੀਆਂ ਕੋਈ ਪੰਜ ਕੁਆਲਿਟੀਜ਼ ਜਿਹੜੀਆਂ ਤੁਹਾਨੂੰ ਲੱਗਦੀਆਂ ਹੁਣ ਕਿ ਯਾਰ ਆਹ ਚੀਜ਼ਾਂ ਬੰਦੇ 'ਚ ਬਾਕੀ ਖਾਸ ਆ? ਪਹਿਲਾਂ ਤਾਂ ਬਿਜ਼ਨਸਮੈਨ ਜੋ ਤੁਸੀਂ ਕਿਹਾ ਹੀ ਹੈ, ਮੈਨੂੰ ਲੱਗਦਾ ਨਹੀਂ ਇੰਡਸਟਰੀ 'ਤੇ ਇਹਨਾਂ ਬਾਈ ਵਰਗਾ ਕੋਈ ਬਿਜ਼ਨਸਮੈਨ ਹੋਣਾ। ਫੁੱਲ ਟਾਈਮ ਡੈਡੀਕੇਟਡ, ਫੁੱਲ ਟਾਈਮ ਡੈਡੀਕੇਟਡ ਟੂ ਵਰਕ ਐਂਡ ਫੈਮਿਲੀ। ਟਾਈਮ ਪੂਰਾ ਮੈਨੂੰ ਪਤਾ ਵੀ ਕਿੱਦਾਂ ਮੈਨੇਜ ਕਰਦੇ ਨੇ, ਬਹੁਤ ਲੋਕ ਹੈਰਾਨ ਵੀ, ਬਹੁਤ ਲੋਕ ਹੈਰਾਨ। ਹਾਂਜੀ, ਫੈਮਿਲੀ ਨੂੰ ਵੀ ਪੂਰਾ ਟਾਈਮ ਅਤੇ ਆਪਣੇ ਫੈਮ ਕੰਮ ਪ੍ਰਤੀ ਤਾਂ ਦੇਰ ਇਜ਼ ਨੋ। ਦੂਜੀ ਕੁਆਲਿਟੀ, ਦੂਜੀ ਜੀ ਇਨਸਾਨ ਬਹੁਤ ਵਧੀਆ ਮੇਰੇ ਨਾਲ, ਤਾਂ ਚਲੋ ਭਰਾ ਵਾਂਗੂ ਹੀ ਆ ਤੇ ਇੱਜ਼ਤ ਸੇਮ ਜੋ ਪਹਿਲੇ ਦਿਨ ਤੋਂ ਮੈਂ ਤੁਹਾਨੂੰ ਕਿਹਾ ਜੀ, ਮੈਂ ਤੁਹਾਡਾ ਵੱਡਾ ਇਹਨਾਂ ਤੋਂ ਰਿਸਪੈਕਟ ਹੋ ਗਈ ਹੈ ਜੀ। ਠੀਕ ਹੈ। ਅਤੇ ਤੀਜੀ ਜਿਹੜਾ ਫੈਮਿਲੀ ਨੂੰ ਟਾਈਮ ਦੇ ਰਿਹਾ ਉਹ ਤਾਂ ਬਹੁਤ ਹੀ ਬੈਸਟ ਆ, ਹੈ ਨਾ। ਚੌਥੀ ਲਾ ਲਓ ਤੁਸੀਂ ਗਿੱਪੀ ਭਾਈ ਸਿੰਗਰ ਵਾਗਮਾਲ ਦੇ ਨੇ, ਅਤੇ ਪੰਜਵੀਂ ਸਾਡੀ ਪਹਿਲੀ ਮੁਲਾਕਾਤ ਜਦੋਂ ਸੋ ਹਾਈ ਗਾਣਾ ਆਇਆ ਸੀਗਾ, ਇਹ ਆਫਿਸ ਆਏ ਸੀਗੇ ਤੇ ਉਦੋਂ ਮਿਲੇ ਤਾਂ ਉਦੋਂ ਦਾ ਸਾਡਾ ਜਾਣੀ ਕਿ ਪਿਆਰ ਪੈ ਗਿਆ। ਉਦੋਂ ਬਾਅਦ ਜਿੱਦਾਂ ਫਿਰ ਅਸੀਂ ਇੱਕ ਦੂਜੇ ਨਾਲ ਆਮ ਤੌਰ ਤੇ ਮਿਲਣ ਲੱਗ ਪਏ, ਜਿੱਦਾਂ ਗਿੱਪੀ ਭਾਈ ਨਾਲ ਪਿਆਰ ਪਿਆ ਸੀ ਇੱਦਾਂ ਹੀ ਮੂਸੇ ਵਾਲਾ ਪਿਆ ਸੀ। ਠੀਕ ਹੈ। ਉਹ ਪਹਿਲੀ ਮੁਲਾਕਾਤ ਤੁਹਾਡੀ ਸੋਹਾਈ ਗਾਣੇ ਕਰਕੇ? ਸੋਹਾਈ ਗਾਣੇ ਕਰਕੇ। ਫਿਰ ਤੁਸੀਂ ਪਿੰਡ ਜਿਹੜਾ ਮੇਲਾ ਕਰਾਉਣੇ ਉੱਥੇ ਵੀ ਉਹਨੇ ਪਰਫੋਰਮ ਕੀਤਾ ਸੀ? ਉੱਥੇ ਹਾਂਜੀ, ਮੈਂ ਮੂਸੇ ਗਿਆ ਸੀ ਤਾਂ ਮੈਂ ਕਿਹਾ ਬਾਈ ਆਪਾਂ ਮੇਲਾ ਕਰਾਈਦਾ, ਉਹ ਕਹਿੰਦੇ ਭਾਜੀ ਬਾਈ ਮੈਂ ਤੈਨੂੰ ਮਨਾ ਨਹੀਂ ਕਰ ਸਕਦਾ ਵੀ, ਹੋਰ ਤਾਂ ਮੈਂ ਕਦੀ ਮੇਲੇ ਜ਼ਿੰਦਗੀ 'ਚ ਲਾਇਆ। ਮੂਸੇ ਨੇ ਅਨਾਊਂਸ ਵੀ ਕੀਤੀ ਸੀ, ਮੈਨੂੰ ਕਹਿੰਦੇ ਬਾਈ ਮੈਂ ਮੇਲੇ ਲਾਉਂਦਾ ਨਹੀਂ, ਨਾ ਹੀ ਮੇਰਾ ਉਹ ਮੇਲੇ ਵਾਲਾ ਹੈਗਾ, ਹੈ ਨਾ, ਵੀ ਮੈਂ ਚੀਜ਼ਾਂ ਪਰ ਤੂੰ ਆਇਆ ਤੈਨੂੰ ਮਨਾ ਨਹੀਂ ਕਰ ਸਕਦਾ, ਮੈਂ ਪੱਕਾ ਪਹੁੰਚੂੰਗਾ। ਠੀਕ ਹੈ। ਮੈਨੂੰ ਕਿਸੇ ਨੇ ਡਰਾਇਆ ਵੀ, ਬਾਅਦ 'ਚ ਲੋਕਾਂ ਨੇ ਫੋਨ ਵੀ ਕਰਤੇ ਵੀ ਮੂਸੇ ਵਾਲੇ ਨੇ ਨਹੀਂ ਆਉਣਾ ਮੂਸੇ ਵਾਲੇ, ਫਿਰ ਮੈਂ ਇੱਕ ਦਿਨ ਪਹਿਲਾਂ ਫੋਨ ਕੀਤਾ ਕਹਿੰਦੇ ਤੈਨੂੰ ਵਾਅਦਾ ਕੀਤਾ ਮੈਂ ਆਊਂਗਾ ਤੂੰ ਚੁੱਪ ਕਰਕੇ ਬੈਠਾ ਰਹੇ। ਠੀਕ ਹੈ। ਮੈਂ ਕਿਹਾ ਠੀਕ ਹੈ ਬਾਈ। ਬਸ ਇਸ ਇੰਡਸਟਰੀ ਦੀ ਕੋਈ ਕੌੜੀ ਯਾਦ ਤੁਹਾਡੀ? ਕੌੜੀਆਂ ਤਾਂ ਹੁੰਦੀਆਂ ਰਹਿੰਦੀਆਂ। ਚੱਲ ਮਿੱਟੀਆਂ ਚਲਾ ਦੇ ਦੋ ਚਾਰ ਫਿਰ। ਮਿੱਟੀਆਂ ਚਲੋ ਮੂਸੇ ਵਾਲੇ ਦੀ ਜਿੱਦਾਂ ਤੁਸੀਂ ਗੱਲ ਕੀਤੀ, ਇੰਡਸਟਰੀ 'ਚ ਮੇਰਾ ਪਿਆਰ ਸਾਰਿਆਂ ਨਾਲ ਜੀ, ਜਿੰਨੇ ਵੀ ਆਪਣੇ ਆਰਟਿਸਟ ਨੇ। ਇਸ ਫਿਲਮ 'ਤੇ ਤੁਸੀਂ ਇੰਗਲੈਂਡ ਸ਼ੂਟ 'ਤੇ ਵੀ ਰਹੇ? ਹਾਂਜੀ, ਇਸ ਫਿਲਮ ਦੇ ਤੁਸੀਂ ਹੈਗੇ ਹੋ ਇਹ 'ਚ ਵੀ? ਨਹੀਂ, ਇਹ 'ਚ ਮੈਂ ਨਹੀਂ ਹੈ, ਮੈਨੂੰ ਮਿਊਜ਼ਿਕ ਦਾ ਕੰਮ ਥੋੜ੍ਹਾ ਜਿਹਾ ਜ਼ਿਆਦਾ ਪੈ ਗਿਆ ਅਤੇ ਮੈਨੂੰ ਫਿਰ ਇੱਧਰ ਕਰਨਾ, ਮੈਨੇਜ ਕਰਨਾ ਪਿਆ। ਠੀਕ ਹੈ। ਇਸ ਫਿਲਮ 'ਚ ਬਿਜ਼ੀ ਆ ਉਹ ਕਰਕੇ ਥੋੜ੍ਹੀ ਕਾਫੀ ਪ੍ਰੋਬਲਮ ਆਈ ਹੈ ਇਸ ਫਿਲਮ ਦੇ ਵਿੱਚ। ਠੀਕ ਹੈ। ਬਹੁਤ ਬਹੁਤ ਮਿਹਰਬਾਨੀ ਬਾਈ ਜੀ, ਥੈਂਕ ਯੂ। ਥੈਂਕ ਯੂ ਬਾਈ।